ਦੋਸਤੋ ਜਿਹੜੇ ਇੰਟਰਵਿਊ ਹੁੰਦੇ ਨੇ ਉਹ ਤੋਂ ਪਹਿਲਾਂ ਪੁੱਛਿਆ ਜਾਂਦਾ ਹੈ ਵੀ ਕਿਹੜੇ ਕਿਹੜੇ ਸਵਾਲ ਆਪਾਂ ਨੂੰ ਪੁੱਛੀਏ ਅਤੇ ਤੁਸੀਂ ਕੀ ਜਵਾਬ ਦਿਓਗੇ। ਇੱਦਾਂ ਇੰਟਰਵਿਊ ਲਿੱਤੇ ਜਾਂਦੇ ਨੇ। ਤਾਂ ਫਿਰ ਜਿਹੜਾ ਹੁਣ ਸਿੰਗਰ ਦਾ ਇੰਟਰਵਿਊ ਹੋਇਆ ਸੀ, ਸਿੱਧੂ ਨੂੰ ਗਲਤ ਬੋਲਿਆ ਅਤੇ ਉਹ ਵੀ ਪਹਿਲਾਂ ਡਿਸਾਈਡ ਹੀ ਸੀ। ਫਿਰ ਚੈਨਲ ਵਾਲੇ ਆਪਣੇ ਇੰਟਰਵਿਊ ਚਲਾਉਣ ਦੇ ਲਈ ਵਿੱਚ ਨਾਮ ਲੈ ਦਿੰਦੇ ਨੇ ਮੂਸੇ ਵਾਲੇ ਜੱਟ ਦਾ। ਕੱਲ੍ਹ ਟਾਈਟਲ ਕੁਝ ਹੋਰ ਸੀ ਉਹਨਾਂ ਦੇ ਚੈਨਲ 'ਤੇ, ਜਿਹੜੀ ਵੀਡੀਓ ਪਾਈ ਹੋਈ ਹੈ ਇੰਟਰਵਿਊ ਦੀ, ਅੱਜ ਕੁਝ ਹੋਰ ਰੱਖਤਾ ਜਦੋਂ ਗਾਲਾਂ ਪਈਆਂ, ਜਦੋਂ ਸਿੱਧੂ ਦੇ ਫੈਨਾਂ ਨੇ ਚੁਕਾਤੀਆਂ ਛਾਲਾਂ। ਫਿਰ ਇੰਟਰਵਿਊ ਦਾ ਨਾਮ ਵੀ ਚੇਂਜ ਕਰ ਗਏ, ਅਗਲੇ ਕਲਿੱਪ ਵੀ ਡਿਲੀਟ ਕਰ ਗਏ ਵਿੱਚੋਂ ਜਿਹੜੀ ਸਭ ਤੋਂ ਪਹਿਲਾਂ ਲਾਈ ਹੋਈ ਸੀ ਸਟਾਰਟਿੰਗ ਦੇ ਵਿੱਚ। ਇਹ ਸਾਰੀ ਸਟ੍ਰੈਟੇਜੀ ਹੁੰਦੀ ਆ ਦੋਸਤੋ ਵੀਡੀਓ ਹਿੱਟ ਕਰਾਉਣ ਦੀ, ਆਪਣਾ ਇੰਟਰਵਿਊ ਹਿੱਟ ਕਰਾਉਣ ਦੀ। ਅਤੇ ਸਿੱਧੂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਫਾਦਰ ਸੀ, ਹੈ ਅਤੇ ਰਹੇਗਾ, ਇਹ ਸਭ ਨੂੰ ਪਤਾ ਆ। ਕੋਈ ਸਿੰਗਰ ਸਿੱਧੂ ਤੋਂ ਉੱਤੇ ਨਹੀਂ। ਬਾਕੀ ਤੁਸੀਂ ਦੱਸੋ, ਹੈ ਕੋਈ ਸਿੱਧੂ ਤੋਂ ਉੱਤੇ ਕਮੈਂਟਾਂ 'ਚ? ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਅਤੇ ਡਿਸਕ੍ਰਿਪਸ਼ਨ ਫਸਟ ਕਮੈਂਟ ਦੇ ਵਿੱਚ ਵੀਡੀਓ ਉਸ ਨੂੰ ਵੀ ਜ਼ਰੂਰ ਦੇਖਿਓ। ਧੰਨਵਾਦ।